ਅਸਲਾਮ ਵਾਲੇਕੁਮ ਵੀਰ ਸਾਹਿਬ, ਮੈਂ ਤੁਸੀਂ ਠੀਕ ਠਾਕ ਹੋਵੋਗੇ? ਅਲਹਮਦੁਲਿਲਾ, ਅਸੀਂ ਠੀਕ ਠਾਕ, ਜ਼ਬਰਦਸਤ, ਜ਼ਿੰਦਾਬਾਦ। ਉਹ ਜੀ ਮੈਂ ਹੈਗਾ ਨਾ ਤਲਹਾ, ਚਾਹੀਦਾ ਉਹ ਫਿਰ ਕਰਨੇ ਸ਼ੁਰੂ ਆਪਾਂ। ਇਹਦਾ ਵੀ ਸਾਡੇ ਨਾਲ ਆਈ ਹੋਈ ਅੱਜ ਜੀ। ਅਸੀਂ ਅੱਜ ਆਏ ਹੋਏ ਹਾਂ ਜੀ ਆਪਦੇ ਖੇਤ ਤੇ ਚੈੱਕ ਕਰਨ। ਆਹ ਤਿਲ ਵੇਚਦੇ ਆ ਤੇ ਕਣਕਾਂ ਜਿਹੜੀਆਂ ਸੀ ਉਹ ਮਤਲਬ ਕਿ ਕੱਢ ਖੋਲ ਲਈਆਂ ਵਾ, ਹੜਤਾਲ ਲਾ ਦਿੱਤੀ ਆ ਤੇ ਆਹ ਹੁਣ ਫਿਰ ਦੁਬਾਰਾ ਨਾ ਜ਼ਮੀਨ ਸਾਰੀ ਵਹਾਈ ਆ ਤੇ ਇੱਥੇ ਹੁਣ ਤਿਲ ਬੀਜਣ ਲੱਗੇ ਹਾਂ। ਆਹ ਜਿਹੜੀ ਸਾਰੀ ਵਹਾਈ ਆ ਨਾ ਇੱਥੇ ਹੁਣ ਤਿਲ ਬੀਜਣੇ ਆ, ਤਿਲਾਂ ਤੋਂ ਬਾਅਦ ਫਿਰ ਦੇਖਾਂਗੇ ਝੋਨਾ ਬੀਜਦੇ ਆ ਕੀ ਬੀਜਦੇ। ਅਸੀਂ ਘਰ ਆ ਗਏ ਹਾਂ ਤੇ ਆ ਫਿਰ ਬੂਹਾ ਮੱਲੀ ਖੜੀ ਹੈ। ਪਿੱਛੇ ਹਟ ਜਾਓ, ਮੈਨੇ ਜਾਣਾ ਹੈ ਬਾਹਰ। ਪਿੱਛੇ ਹੋ ਜਾਓ, ਨਹੀਂ ਜਾਣੇ ਦੇਣਾ, ਮੈਂ ਐਸੇ ਕਰ ਦੂੰਗਾ ਫਿਰ। ਹੁਣ ਮੈਨੂੰ ਖੇਤ ਤੋਂ ਲੈ ਗਿਆ ਘੁਮਾ ਫਿਰਾ ਕੇ, ਮੈਂ ਫਿਰ ਸ਼ੁਰੂ ਹੋਈ ਪਈ। ਪਿੱਛੇ ਹੋ ਜਾਓ, ਪਿੱਛੇ ਮੈਂ ਜਾ ਰਿਹਾ, ਪਿੱਛੇ ਹੋ ਜਾਓ। ਇੱਧਰ ਆ, ਇੱਧਰ ਕਿੱਧਰ, ਚੱਪਲ ਵੀ ਨਹੀਂ ਪਾਈ ਤੇ ਭੱਜ। ਚਲੋ ਜੀ, ਰੁੱਸ ਗਏ ਅਸੀਂ। ਇਹਦਾ ਇੱਧਰ ਇੱਧਰ ਦੇਖੋ। ਚਲ ਠੀਕ ਹੈ, ਮੈਂ ਜਾ ਲੂੰ, ਬਾਏ ਬਾਏ। ਚੱਲ ਆ ਜਾ, ਅੱਜ ਚੱਪਲ ਡਾਲ ਕੇ ਆਉਂਦਾ, ਜੁੱਤੀ ਲੱਭ ਲਿਆਈ ਆ। ਸਿੱਧੀ ਡਾਲੋ, ਸਿੱਧੀ, ਹਾਂ ਉਹ ਵੀ ਡਾਲੋ। ਚੱਲ ਆ ਜਾ, ਅਸੀਂ ਹੁਣ ਚੱਲੇ ਹਾਂ ਜੀ ਚਿਕਨ ਵਾਲੀ ਦੁਕਾਨ 'ਤੇ ਚਿਕਨ ਲੈਣ। ਅਤੇ ਜੀ ਹੁਣ ਅਸੀਂ ਆਏ ਹਾਂ ਅਤਾ ਭਾਈ ਕੋਲ ਚਿਕਨ ਲੈਣ। ਚਿਕਨ ਦੀ ਕਟਾਈ ਹੋ ਰਹੀ ਹੈ ਸਾਡੇ ਵਾਸਤੇ। ਜੀ ਸਬਜ਼ੀ ਲੈਣ ਆਈ ਹੋਈ ਨਾ, ਕਹਿ ਲੈਣਾ ਟਮਾਟਰ। ਟਮਾਟਰ ਠੀਕ ਹੋ ਗਿਆ ਜੀ।
ਤੇ ਹੋਰ ਤੇ ਜੀ ਅਸੀਂ ਹੁਣ ਆ ਚੁੱਕੇ ਹਾਂ ਜੀ ਮਹਿਰ ਭਾਈ ਆ ਇੱਕ ਵੱਡਾ ਮੂੰਹ ਆ ਚੱਕ ਦਾ ਇਹ ਲਾ ਕੇ ਹੋਰ ਵੱਡਾ ਲੱਗਣਾ ਅਸਲਾਮ ਵਾਲੇਕਮ ਕੀ ਹਾਲ ਹੈ ਮਹਿਰ ਭਾਈ ਠੀਕ ਹੋ ਦਾਵਤ ਹੀ ਨਹੀਂ ਖਵਾ ਰਹੇ ਅੰਗੂਠਾ ਲਾ ਗਿਆ ਦਾਵਤ ਨਹੀਂ ਖਵਾ ਰਹੇ ਮਹਿਰ ਭਾਈ ਆਈਫੋਨ ਲੈ ਰਹੇ ਆ ਬਾਰ ਬਾਰ ਉਹ ਅੱਜ ਤਾਂ ਗਰੀਬਾਂ ਵਾਲਾ ਆਈਫੋਨ ਆ ਸਾਡੇ ਕੋਲ ਓ ਤੇਰੇ ਤਾਂ ਚੰਗਾ ਨਹੀਂ ਹੁਣ ਤੂੰ ਸਾਊਦੀਆਂ ਆਇਆ ਵਾ ਮੈਂ ਜਿਹੜੀ ਗੱਲ ਕਰ ਰਿਹਾ ਨਹੀਂ ਬਦਤਮੀਜ਼ੀ ਨੀ ਕਰਨੀ ਕਰਦੇ ਘਰੇ ਵਾਪਸ ਆ ਗਏ ਆ ਉਹਦੀਆਂ ਨੂੰ ਸਕੂਲ ਲੈ ਆਏ ਹਾਂ ਅਤੇ ਕਿਚਨ 'ਚ ਅੱਜ ਅਸੀਂ ਬਣਾਉਂਦੇ ਸੀਗੇ ਹੋਰ ਬੀਨਸ ਉਹ ਤੁਹਾਨੂੰ ਦਿਖਾਉਂਦੇ ਹਾਂ ਇਹਦੇ 'ਚ ਮਸਾਲਾ ਲਾ ਕੇ ਰੱਖਿਆ ਸੀ ਵੈਸੇ ਡਿਪ ਕਰਕੇ ਇੱਦਾਂ ਦੇ ਹੋ ਜਾਂਦੇ ਆ ਇੱਦਾਂ ਦਬਾ ਦੇ ਮੈਰੀਨੇਟ ਕੀਤਾ ਹੋਇਆ ਸੀਗਾ ਇਹਦੇ ਵਿੱਚ ਸੋਇਆ ਸੋਸ ਮਿਰਚਾਂ ਅਤੇ ਨਮਕ ਵਗੈਰਾ ਪਾਇਆ ਵਾ ਬਸ ਅਤੇ ਆਹ ਸਿਰਫ ਇਕੱਲਾ ਮੈਦਾ ਅਤੇ ਇੱਦਾਂ ਕਰਕੇ ਇਹਦੇ ਵਿੱਚ ਚੰਗੀ ਤਰ੍ਹਾਂ ਡਿਪ ਕਰਨਾ ਪਾਣੀ ਲਾਉਣਾ ਫਿਰ ਡਿਪ ਕਰਨਾ ਬਾਕੀ ਹੁਣ ਜਦੋਂ ਬਣਨਗੇ ਤੁਹਾਨੂੰ ਸਾਰਾ ਕਿਤੇ ਖਾਵਾਂਗੇ ਆ ਜੀ ਆ ਚੁੱਕੇ ਆ ਸਾਡੇ ਬਣ ਕੇ ਲੈਗ ਪੀਸ ਟਿਪ ਕਰਦੇ ਨਾਲ ਚਟਨੀ ਬਣਾਈ ਅਸੀਂ ਪੁਦੀਨੇ ਵਾਲੀ ਜੂਸ ਹੀ ਬਣਿਆ ਵਿੱਚੋਂ ਜ਼ਬਰਦਸਤ ਤੇ ਜੀ ਸੁਬਹਾ ਦੀ ਬਿਜਲੀ ਗਈ ਹੋਈ ਆ ਤੇ ਹਾਲੇ ਤੱਕ ਕੋਈ ਨਹੀਂ ਆਈ ਤਕਰੀਬਨ 2 ਵੱਜ ਗਿਆ ਤੇ ਕਹਿੰਦੇ 3 ਵਜੇ ਤੱਕ ਸ਼ਾਇਦ ਆ ਜਾਵੇ ਤੇ ਵਲੋਗ ਤੱਕ ਕੰਮ ਕਰਦੇ ਤੇ ਬੈਟਰੀ ਲੋ ਹੋ ਗਈ ਆ ਤੇ ਉਮੀਦ ਕਰਦੇ ਹੋ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ ਅਗਰ ਅੱਛੀ ਲੱਗੀ ਲਾਈਕ ਕਰੋ ਸਬਸਕ੍ਰਾਈਬ ਕਰੋ ਫਿਰ ਮਾਨੀ ਲਾ ਹਾਫਿਜ਼